ਬਾਈ ਜੀ ਨੂੰ ਪੁੱਛਦੇ ਹਾਂ ਕਿ ਕੀ ਕੁਝ ਇਹਨਾਂ ਨੇ ਕੰਪਨੀ ਨਾਲੋਂ ਵੱਖਰਾ ਲਵਾਇਆ ਹੋਇਆ ਟਰੈਕਟਰ ਦੇ, ਜਿੱਦਾਂ ਤੁਸੀਂ ਦੇਖ ਰਹੇ ਹਾਂ ਕਾਫੀ ਵਧੀਆ ਲਾਈਟਾਂ LED ਲਾਈਆਂ ਹੋਈਆਂ, ਹੋਰ ਵੀ ਕਾਫੀ ਕੁਝ ਲਾਇਆ ਤੇ ਟਰੈਕਟਰ ਤੇ ਕੋਈ ਫੀਚਰ ਪੁੱਛਦੇ ਇਹਨਾਂ ਤੋਂ, ਕਰਦੇ ਬਾਈ ਉਹਨਾਂ ਨਾਲ ਗੱਲ। ਆਪਾਂ ਇਹਨਾਂ ਨੇ ਕੀਕੋ ਟਰੈਕਟਰ ਨੂੰ ਵੱਖਰਾ ਲਵਾਇਆ ਹੋਇਆ ਕੰਪਨੀ ਨਾਲੋਂ, ਅਤੇ ਕੀਕੋ ਮੋਡੀਫਿਕੇਸ਼ਨ ਕਰਾ ਕੇ ਕਿੰਨਾ ਖਰਚਾ ਆ ਗਿਆ, ਖਰਚਾ ਤੁਹਾਨੂੰ ਆਪਾਂ ਐਂਡ 'ਤੇ ਦੱਸਾਂਗੇ ਸਾਰਾ। ਬਾਕੀ ਗੱਲਬਾਤ ਕਰਦੇ ਹਾਂ ਅਤੇ ਟਰੈਕਟਰ ਦੇ ਪੂਰੇ ਫੰਕਸ਼ਨ ਪੁੱਛਦੇ ਇਹਨਾਂ ਨੂੰ ਕਿੱਦਾਂ ਦੇ ਆ। ਠੀਕ ਹੈ, ਸਤਿ ਸ਼੍ਰੀ ਅਕਾਲ ਭਾਅ ਜੀ। ਸਭ ਤੋਂ ਪਹਿਲਾਂ ਆ ਜਾਈਏ ਭਾਅ ਜੀ, ਟਰੈਕਟਰ ਦੀ ਗੱਲ ਕਰੀਏ, ਜੋ ਕਿ ਸਪੈਸ਼ਲ ਬਣਵਾਇਆ ਵਾ, 14 ਰੱਖ ਕੇ 70 ਕਿਲੋ ਦਾ, ਅਤੇ ਬਹੁਤ ਨਿੱਗਰ ਬੰਪਰ ਆ, ਅਤੇ ਇਸ ਦੇ ਉੱਪਰ ਇੱਕ ਲੋਗੋ ਲਗਵਾਇਆ ਹੋਇਆ ਵਾ, ਜੋ ਕਿ ਸ਼ੀਸ਼ੇ ਦਾ ਕਟਿੰਗ ਕਰਕੇ ਲਗਵਾਇਆ। ਉਸ ਤੋਂ ਬਾਅਦ ਬਾਈ ਜੀ ਆ ਜਾਓ ਇਹਦੇ ਟਾਇਰਾਂ ਦੇ, ਜੋ ਕਿ ਇਹਦੀ ਦੂਜੀ ਇੱਕ ਵੱਖਰੀ ਲੁੱਕ ਦਿੰਦਾ ਵਾ ਇਸ ਟਰੈਕਟਰ ਨੂੰ। ਇਹ ਟਾਇਰ ਸਪੈਸ਼ਲੀ ਮੰਗਵਾ ਕੇ ਪੁਆਏ ਹੋਏ ਆ, 9/16 ਇਹਨਾਂ ਦਾ ਸਾਈਜ਼ ਆ, ਆਮ ਕੰਪਨੀ ਦੇ ਟਾਇਰ ਆਉਂਦੇ 7/16, ਇਸ ਕਰਕੇ ਟਾਇਰ ਅਲੱਗ ਪੁਆਏ ਆ, ਜੋ ਕਿ ਇਹਨੂੰ ਇੱਕ ਅਲੱਗ ਰੂਪ ਦਿੰਦੇ ਆ। ਅਤੇ ਉਸ ਤੋਂ ਬਾਅਦ ਆ ਜਾਓ ਬਾਈ ਜੀ, 3 ਇਹ ਸਾਇਲੈਂਸਰ, ਆਮ ਕੰਪਨੀ ਦਾ ਸਾਇਲੈਂਸਰ ਹੋਰ ਹੁੰਦਾ ਵਾ, ਇਹ ਸਾਇਲੈਂਸਰ ਅਲੱਗ ਲਗਾਇਆ ਹੋਇਆ ਵਾ, ਇਹ ਬਹੁਤ ਜ਼ਿਆਦਾ ਕੋਸਟਲੀ ਆ, ਇਹਦੇ ਨਾਲ ਇਹਦੀ ਆਵਾਜ਼ ਨੂੰ ਬਹੁਤ ਫਰਕ ਪੈਂਦਾ ਵਾ, ਅਤੇ ਇੱਕ ਲੁੱਕ ਨੂੰ ਵੱਖਰਾ ਰੂਪ ਦਿੰਦਾ ਇਹ। ਉਸ ਤੋਂ ਬਾਅਦ ਬਾਈ ਜੀ, ਜੇ ਗੱਲ ਕਰੀਏ LED ਬਲਬਸ ਐਂਡ ਲਾਈਟਾਂ ਦੀ, ਇਹ ਬਲਬਸ ਬਹੁਤ ਹੀ ਜ਼ਿਆਦਾ ਰੋਸ਼ਨੀਆਂ ਇਹਨਾਂ ਦੇ ਬਲਿੰਗ ਕਰਦੇ ਆ, ਇਹਨਾਂ ਨੂੰ ਦੇਖ ਕੇ ਹਰ ਕੋਈ ਦੂਰ ਤੋਂ ਅਟਰੈਕਟ ਹੁੰਦਾ ਵਾ। ਉਸ ਤੋਂ ਬਾਅਦ ਬਾਈ ਜੀ ਆ ਜਾਈਏ ਅਤੇ ਆਪਾਂ ਗੱਲ ਕਰੀਏ ਇਹਦੀ ਸੀਟ ਦੀ, ਜੋ ਕਿ ਔਨ ਡਿਮਾਂਡ ਔਰਡਰ ਦੇ ਵਿੱਚ ਪਾ ਦਿੱਤੀ ਹੋਈ ਆ। 16,000 ਦੀ ਬਾਈ ਜੀ ਇਹਨੂੰ ਸੀਟ ਲੱਗਣੀ ਆ, ਜਿਹੜੀ ਕਿ ਸ਼ੌਕਰ ਟਾਈਪ ਹੋਊਗੀ, ਅਤੇ ਉਹਦੇ ਨਾਲ ਬਿਲਕੁਲ ਆਰਾਮਦਾਇਕ, ਬੰਦਾ ਚਾਹੇ ਸਾਰੀ ਦਿਹਾੜੀ ਬੈਠਾ ਰਹੇ ਬਿਲਕੁਲ ਨਹੀਂ ਥੱਕੂਗਾ। ਬਾਕੀ ਜਿੱਦਾਂ ਬਾਈ ਨੇ ਦੱਸਿਆ ਵੀ ਟਾਇਰ ਇਹਨੂੰ ਵੱਖਰੇ ਪਾਏ ਹੋਏ ਆ, ਅਤੇ ਟਾਇਰਾਂ ਕਰਕੇ ਥੋੜ੍ਹੀ ਜਿਹੀ ਆਮ ਜਿਹੜਾ ਦੂਜਾ ਟਾਈਗਰ ਓਰੀਜਨਲ ਆਉਂਦਾ ਉਹਦੇ ਨਾਲੋਂ ਵੱਖਰੀ ਲੁੱਕ ਬਣਦੀ ਆ, ਥੋੜ੍ਹਾ ਜਿਹਾ ਉੱਚਾ ਵੀ ਹੋ ਜਾਂਦਾ ਟਰੈਕਟਰ ਉਹਦੇ ਨਾਲ। ਬਾਕੀ ਹੋਰ ਵੀ ਇਹਦੇ ਫੀਚਰ ਕਰਦੇ ਆ, ਜਿੱਦਾਂ ਇਹਨੂੰ LED ਲਾਈਟਾਂ ਲੱਗੀਆਂ ਹੋਈਆਂ ਵਾ, ਕਾਫੀ ਸੋਹਣੀਆਂ ਲੱਗ ਰਹੀਆਂ, ਸਲੈਂਸਰ ਵੱਖਰਾ ਲਵਾਇਆ ਅਤੇ ਸੀਟ ਵੀ। ਬਾਕੀ ਆਪਾਂ ਹੁਣ ਚੱਲਦੇ ਬੈਕ ਸਾਈਡ 'ਤੇ, ਬੈਕ ਸਾਈਡ ਗੱਲਬਾਤ ਕਰਦੇ ਹਾਂ। ਹੁੱਡ ਦਾ ਚਲੋ ਆਮ ਹਰ ਟਰੈਕਟਰ 'ਤੇ ਲੱਗਾ ਹੁੰਦਾ ਵਾ, ਇਹਦੇ ਵਿੱਚ ਇੱਕ ਆਪਾਂ ਗੱਡੀਆਂ ਵਾਲਾ ਸਕੋਰਪੀਓ ਦਾ ਪੱਖਾ ਇੰਸਟਾਲ ਕਰਾਇਆ ਵਾ, ਜੋ ਕਿ ਬਹੁਤ ਜ਼ਿਆਦਾ ਉਹਦੀ ਹਵਾ ਵਾ, ਅਤੇ ਬਿਲਕੁਲ ਬੰਦਾ ਉੱਤੇ ਆਰਾਮ ਨਾਲ ਬੈਠਦਾ। ਅਤੇ ਇੱਕ ਇਹ ਆਪਾਂ ਇੱਥੇ ਸਿਸਟਮ ਲਵਾਇਆ ਜੀ, ਇਹ ਆਪਣੇ ਹੈਗੇ ਆ PV76 ਵਾਲੇ ਕੋਡ ਇਸੇ ਖਾਂ, ਜੋ ਕਿ ਉਹਨਾਂ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ, ਅਤੇ ਕੁਆਲਿਟੀ ਇਹਦੀ ਬਹੁਤ ਜ਼ਿਆਦਾ ਵਧੀਆ ਵਾ ਜੀ। ਠੀਕ ਆ ਜੀ, ਜਿੱਦਾਂ ਤੁਸੀਂ ਦੇਖ ਰਹੇ ਹਾਂ ਆਹ ਬੂਫਰ ਸਿਸਟਮ ਲਵਾਇਆ ਹੋਇਆ ਵਾ, ਕਾਫੀ ਵੱਡਾ ਆ ਇਹ ਵੀ, ਇਹਦੇ ਨਾਲ ਕੋਈ ਬਾਈ ਬੈਗ ਬੂਕ ਟਰਾਲੀ ਲਾਉਣ 'ਤੇ ਪਰੇਸ਼ਾਨੀ ਤਾਂ ਨਹੀਂ ਆਉਂਦੀ ਹੋਈ ਬਾਈ ਜੀ? ਆਮ ਟਰੈਕਟਰਾਂ 'ਤੇ ਆਉਂਦੀ ਆ, ਕਿਉਂਕਿ ਉਹ ਨੀਵੇਂ ਹੁੰਦੇ ਆ, ਇਹ ਟਰੈਕਟਰ ਆਮ ਟਰੈਕਟਰਾਂ ਨੂੰ 1.5 ਫੁੱਟ ਉੱਚਾ ਵਾ, ਇਹਦੀ ਸੀਟ ਵੀ ਇਹਦੇ ਮਗਰਾਟਾਂ ਦੇ ਬਰਾਬਰ ਆ, ਇਸ ਕਰਕੇ ਉੱਚਾ ਹੋਣ ਦੇ ਕਰਕੇ ਇਹਦੇ ਕੋਈ ਪਿੱਛੇ ਦੇਖਣ 'ਚ ਪ੍ਰੋਬਲਮ ਨਹੀਂ ਆਉਂਦੀ, ਜਿਹੜਾ ਬਾਕਸ ਆ ਸੀਟ ਤੋਂ ਉੱਪਰ ਚਲੇ ਜਾਂਦਾ ਵਾ। ਠੀਕ ਹੈ ਜੀ, ਬਾਕੀ ਤੁਸੀਂ ਟਰੈਕਟਰ ਦੀ ਪਹਿਲਾਂ ਜਿਹੜੀ ਵੀਡੀਓ ਦੇਖੀ ਉਹਦੇ ਤੁਸੀਂ ਲੈਫਟ ਕਪੈਸਿਟੀ ਵੀ ਦੇਖੀ ਆ, ਕਿਉਂਕਿ ਸੁਪਰ ਸੀਡਰ 'ਤੇ ਲਾਇਆ ਸੀਗਾ, ਅਤੇ ਬਾਕੀ ਟਰੈਕਟਰ ਹੁਣ ਜਿੱਦਾਂ ਹਾਲ ਵੀ ਚੱਲ ਰਹੇ ਆ, ਕਾਫੀ ਟਰੈਕਟਰ ਜ਼ੋਰ ਲਾਉਂਦਾ ਵਾ, ਅਤੇ ਬਾਕੀ ਹੋਰ ਵੀ ਇਹਦੇ ਕਈ ਫੀਚਰ ਨਵੇਂ ਕੰਪਨੀ ਵੱਲੋਂ ਪਾਏ ਗਏ ਆ, ਜਿਹਦੇ ਵਿੱਚ ਕਿ ਇੱਕ ਆ ਬਾਈ ਜੀ ਤੁਸੀਂ ਟਾਇਰ ਦੱਸੋ ਪਹਿਲਾਂ ਟਾਇਰਾਂ। ਇਹ ਟਾਇਰ ਬਾਈ ਜੀ JK ਨਾਈਲੋਨ ਦੇ ਆ, 16/28 ਇਹਨਾਂ ਦਾ ਸਾਈਜ਼ ਆ, ਅਤੇ ਪਲੱਸ ਇਹਨਾਂ ਦੇ ਵਿੱਚ ਜਿਹੜੇ ਵੇਟ ਆ ਐਕਸਟਰਾ ਐਡ ਕੀਤੇ ਹੋਏ ਆ। ਠੀਕ ਹੈ ਜੀ, ਜੋ ਕਿ 40 ਕਿਲੋ ਦਾ ਇੱਕ ਵੇਟ ਆ। ਬਾਕੀ ਹੁਣ ਆਪਾਂ ਇਹਦੇ ਇੱਕ ਇਹਦੇ 'ਚ ਬਹੁਤ ਹੀ ਖਾਸ ਫੀਚਰ ਆ, ਇਹਨੂੰ ਕਰ ਮੇਰੇ ਯਾਦ ਬਹੁਤ ਹੀ ਖਾਸ ਫੀਚਰ ਪਾਇਆ ਗਿਆ ਸਕਾਈ ਸਮਾਰਟ ਦਾ, ਇਹ ਕੰਪਨੀ ਵੱਲੋਂ ਹੀ ਆ, ਬਾਈ ਹੁਣੀ ਦੱਸਣਗੇ ਵੀ ਇਹ ਫੀਚਰ ਕਿੱਦਾਂ ਦਾ ਅਤੇ ਕਿੱਦਾਂ ਵਰਕ ਕਰਦਾ ਵਾ। ਇਹ ਬਾਈ ਜੀ ਸਕਾਈ ਸਮਾਰਟ ਫੀਚਰ ਆ, ਜਿਹੜਾ ਦੋ ਹੀ ਟਰੈਕਟਰਾਂ 'ਚ ਇੰਡੀਆ ਦੇ ਵਿੱਚ ਆਇਆ ਵਾ ਹਜੇ ਤੱਕ, ਇੱਕ ਇਹਦੇ ਵਿੱਚ ਅਤੇ ਇੱਕ MESI 9500 ਸਮਾਰਟ ਆਇਆ ਹੁਣ ਉਹਦੇ ਵਿੱਚ। ਇਹਦੇ ਵਿੱਚ ਕੀ ਇਹਨੂੰ ਆਪਾਂ ਐਕਟਿਵ ਕਰਵਾ ਕੇ ਆਪਣੇ ਫੋਨ 'ਤੇ ਕੰਟੈਕਟ ਹੋ ਜੂਗਾ ਟਰੈਕਟਰ ਦਾ, ਆਪਣਾ ਟਰੈਕਟਰ ਕਿੱਥੇ ਚੱਲਦਾ ਪਿਆ ਵਾ, ਕਿੰਨੀ ਸਪੀਡ 'ਤੇ ਚੱਲਦਾ, ਉਹਦੇ ਵਿੱਚ ਤੇਲ ਕਪੈਸਿਟੀ ਕਿੰਨੀ ਆ ਅਤੇ ਕਿੰਨੇ ਆ ਉਹ ਖਾ ਰਿਹਾ ਵਾ, ਸਾਰਾ ਆਪਣੇ ਫੋਨ, ਇੱਥੋਂ ਤੱਕ ਕਿ ਚਾਹੇ ਤੁਸੀਂ 50 ਕਿਲੋਮੀਟਰ ਦੂਰ ਵੀ ਬੈਠੇ ਆ, ਤੁਸੀਂ ਆਪਦੇ ਫੋਨ ਤੋਂ ਟਰੈਕਟਰ ਬੰਦ ਕਰਤਾ, ਦੁਬਾਰਾ ਸਟਾਰਟ ਨਹੀਂ ਹੋਊਗਾ, ਆਪਦੇ ਫੋਨ ਤੋਂ ਅਨਲੋਕ ਕਰੋਗੇ ਤਾਂ ਸਟਾਰਟ ਹੋਊਗਾ, ਜੋ ਕਿ ਇੱਕ ਬਹੁਤ ਹੀ ਵਧੀਆ ਫੀਚਰ ਆ ਇਹਦੇ ਵਿੱਚ। ਠੀਕ ਹੈ ਜੀ, ਇਹ ਟਰੈਕਟਰ ਕਿੰਨੇ ਹਾਊਸ ਪਾਵਰ ਦਾ ਇਹ? ਇਹ ਬਾਈ ਜੀ 60 ਹਾਊਸ ਪਾਵਰ ਦਾ ਜੀ। ਚਾਰ ਸਿਲੰਡਰ 60 ਹਾਊਸ ਪਾਵਰ ਆ ਜੀ, ਅਤੇ ਬਾਕੀ ਲੈਫਟ ਕਪੈਸਿਟੀ ਇਹਦੀ ਬਹੁਤ ਵਧੀਆ ਵਾ, 2000 kg। ਠੀਕ ਹੈ, ਆਹੋ ਤਾਂ ਆਪਾਂ ਦੇਖਿਆ ਹੀ ਆ, ਜਿੱਦਾਂ ਪਹਿਲਾਂ ਵੀ ਸੁਪਰ ਸੀਡਰ ਹੁੰਦਾ ਵੀ ਕਈ ਟਰੈਕਟਰ ਚੱਕੇ ਜਾਂਦੇ ਆ, ਮੂਹਰੋਂ ਉਹ ਹਿਸਾਬ ਕਿਤਾਬ ਹੈ ਨਹੀਂ, ਵੀ ਕਾਫੀ ਭਾਰਾ ਵਾ ਟਰੈਕਟਰ ਮੂਹਰੋਂ ਵੀ। ਬਿਲਕੁਲ, ਬਾਕੀ ਇਹਦਾ ਵਜ਼ਨ ਆਮ ਟਰੈਕਟਰਾਂ ਨੂੰ ਵੱਧ ਆ ਜੀ, 28 ਕੁਇੰਟਲ ਇਹਦਾ ਵਜ਼ਨ ਆ ਤਕਰੀਬਨ, ਅਤੇ ਆਮ ਟਰੈਕਟਰ ਇੱਕ 60-55 ਦਾ ਜ਼ਰੂਰ ਥੋੜ੍ਹਾ ਜ਼ਿਆਦਾ ਆ, ਮਤਲਬ ਵੀ 24-25 ਹੈਗਾ ਵਾ, ਆਮ ਟਰੈਕਟਰ ਹੋਲੈਂਡ ਹੋ ਗਿਆ ਜਾਂ ਕੋਈ ਵੀ ਹੋ ਗਿਆ, 22 ਕੁਇੰਟਲ ਤੋਂ ਵੱਧ ਵਜ਼ਨ ਨਹੀਂ ਗਾ ਕਿਸੇ ਦਾ, ਇਹ ਵਜ਼ਨ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਬਣਾਇਆ ਹੋਇਆ ਜੀ। ਠੀਕ ਹੈ, ਬਾਕੀ ਹੋਰ ਵੀ ਇਹ 'ਚ ਕਾਫੀ ਟਰੈਕਟਰ 'ਚ ਫੀਚਰ ਆ, ਜਿਵੇਂ ਕਿ ਬਾਈ ਨੇ ਦੱਸਿਆ ਸਕਾਈ ਸਮਾਰਟ ਦਾ ਫੀਚਰ ਸਾਇਆ ਗਿਆ ਵਾ। ਬਾਕੀ ਜੇ ਤੁਸੀਂ ਇਹ ਟਰੈਕਟਰ ਦਾ
ਜਿਹੜੀ ਦੂਸਰੀ ਸਾਡੀ ਵੀਡੀਓ ਆ ਸੁਪਰ ਸੀਡਰ ਤੇ ਟ੍ਰੈਕਟਰ ਕਿੱਦਾਂ ਵਰਕ ਕਰਦਾ ਸੀਗਾ ਉਹ ਦੇਖਣੀ ਆ ਤੇ ਸਾਈਡ ਤੇ ਆਈ ਬਟਨ ਆ ਰਿਹਾ ਹੋਣਾ ਉਹ ਤੇ ਕਲਿੱਕ ਕਰਕੇ ਦੇਖ ਸਕਦੇ ਆ ਉਹ ਵੀਡੀਓ ਨੂੰ ਜ਼ਰੂਰ ਤੁਸੀਂ। ਬਾਕੀ ਹੋਰ ਜਿੱਦਾਂ ਪੱਖਾ ਤੁਹਾਨੂੰ ਚਲਾ ਕੇ ਵਿਖਾਵਾਂਗੇ, ਪੱਖੇ ਦੀ ਹਵਾ ਬਹੁਤ ਆ, ਬਹੁਤ ਜ਼ਿਆਦਾ ਹਵਾ ਪੱਖਾ ਦਿੰਦਾ, ਗਰਮੀਆਂ 'ਚ ਕਾਫੀ ਕੰਮ ਆਉਂਦਾ ਵਾ। ਹੋਰ ਵੀ ਇਹਨੇ ਬਾਈ ਉਹਨਾਂ ਨੇ ਵੱਖਰੇ ਵੱਖਰੇ ਸਿਸਟਮ ਲਵਾਏ ਹੋਏ, ਜਿੱਦਾਂ ਮੈਟਿੰਗ ਕਰਵਾਈ ਹੋਈ ਆ ਟ੍ਰੈਕਟਰ ਦੇ ਤੁਸੀਂ ਦੇਖ ਸਕਦੇ ਆ ਇੱਧਰ, ਅਤੇ ਸੀਟ ਦੇ ਨਾਲ ਜੋ ਆਰਮ ਰੈਸਟ ਲੱਗੇ ਹੋਏ ਆ ਇਹ ਦੇਖ ਸਕਦੇ ਆ, ਡਿਜੀਟਲ ਮੀਟਰ ਦੇਖ ਸਕਦੇ ਆ, ਅਤੇ ਇੱਕ ਆ ਜਿਹੜਾ ਸਾਈਡ 'ਤੇ ਗੇ ਲੀਵਰ ਲੱਗਾ ਹੋਇਆ ਇਹ ਹੈਗਾ ਵਾ ਚੇਂਜਰ, ਇਹ ਹੋਣ ਵਾਲੇ ਟ੍ਰੈਕਟਰਾਂ ਨੂੰ ਆਉਂਦਾ ਜਿੱਦਾਂ ਕਿ ਜਿੰਨੀ ਸਪੀਡ ਦੇ ਵਿੱਚ ਟ੍ਰੈਕਟਰ ਅੱਗੇ ਨੂੰ ਜਾ ਰਿਹਾ ਵਾ ਉਸੇ ਸਪੀਡ ਦੇ ਵਿੱਚ ਤੁਸੀਂ ਇਹਨੂੰ ਬੈਕ ਕਰੋਗੇ, ਉਸੇ ਸਪੀਡ ਦੇ ਵਿੱਚ ਟ੍ਰੈਕਟਰ ਉਨੀ ਸਪੀਡ 'ਤੇ ਹੀ ਬੈਕ ਜਾਊਗਾ, ਅਤੇ 3 ਸਪੀਡ ਗੇਅਰ ਆ ਅਤੇ 2 ਮੀਡੀਅਮ ਹਾਈ। ਬਾਕੀ ਡਿਜੀਟਲ ਮੀਟਰ ਆ ਇੱਧਰ ਫਿਊਲ ਦੀ ਆ ਅਤੇ ਹਾਈ ਤੱਤੇ ਠੰਡੇ ਵਾਲੀ ਸੂਈ ਆ, ਅਤੇ ਇਸ਼ਾਰੇ ਦੇਖ ਸਕਦੇ ਹਾਂ, ਪੱਖਾ ਦਿਖਾ ਦਿਓ ਬਾਈ ਜੀ ਤੋਂ। ਆਪਾਂ ਟ੍ਰੈਕਟਰ ਦੇ ਮੋਡੀਫਿਕੇਸ਼ਨ ਜਿੰਨੀ ਵੀ ਹੋਈ ਆ ਉਹਦੀ ਕੋਸਟ ਪੁੱਛਦੇ ਹਾਂ। ਕੋਸਟ ਬਾਈ ਜੀ ਨੀਅਰ ਅਬਾਊਟ 100,000 ਰੁਪਏ ਦੇ ਰੇਟ ਆ ਗਿਆ ਵਾ, ਤੁਹਾਨੂੰ ਦੱਸ ਦਿੰਦੇ ਹਾਂ ਉਹ ਵੀ ਇਕੱਲੇ ਇਕੱਲੇ। ਸਭ ਤੋਂ ਪਹਿਲਾਂ 30,000 ਦਾ ਤਾਂ ਇਹਦਾ ਸਿਸਟਮ ਹੀ ਆ ਜੋ ਇੱਥੇ ਲੱਗਾ ਵਾ, ਉਸ ਤੋਂ ਬਾਅਦ 20,000 ਦੀ ਛੱਤਰੀ ਐੱਲ ਈ ਡੀ ਪੱਖਾ ਸਭ ਕੁਛ ਵਿੱਚ ਐਡ ਕਰਕੇ, ਉਸ ਤੋਂ ਬਾਅਦ ਬਾਈ ਜੀ 15,000 ਦੇ ਆਪਾਂ ਇਹਦੇ ਫਰੰਟ ਟਾਇਰ ਪਵਾਏ ਆ ਜੋ ਕਿ ਇਹਨੂੰ ਇੱਕ ਵੱਖਰਾ ਰੂਪ ਦਿੰਦੇ ਆ। ਉਸ ਤੋਂ ਬਾਅਦ 5,000 ਦਾ ਬੰਪਰ ਲਵਾਇਆ ਵਾ ਜੋ ਕਿ ਪੂਰਾ ਹੈਵੀ ਆ, ਅਤੇ 5,000 ਦਾ ਹੀ ਇਹਦੇ ਵਿੱਚ ਸਲਾਂਸਰ ਐਡ ਕੀਤਾ ਜੋ ਕਿ ਕੁੱਲ ਮਿਲਾ ਕੇ 75,000 ਰੁਪਇਆ ਬਣ ਜਾਂਦਾ, ਅਤੇ ਬਾਕੀ 16,000 ਦੀ ਜਿਹੜੀ ਸੀਟ ਆਪਣੀ ਔਡਰ ਕੀਤੀ ਹੋਈ ਐਕਸਟਰਾ ਉਹ 1-2 ਦਿਨ ਦੇ ਵਿੱਚ ਆ ਜਾਣੀ ਆ, ਅਤੇ ਆਪਾਂ ਉਹ ਵੀ ਇੰਸਟਾਲ ਕਰ ਦੇਣੀ। ਬਾਕੀ ਜਿੱਦਾਂ ਬਾਈ ਨੇ ਕਿਹਾ ਵੀ ਸੀਟ ਵੀ ਆ ਜਾਣੀ ਤੁਹਾਨੂੰ ਜਦੋਂ ਸੀਟ ਲੱਗ ਗਈ ਉਹ ਵੀ ਦਿਖਾ ਦਾਂਗੇ, ਅਤੇ ਤੁਸੀਂ ਬਾਕੀ ਵੀਡੀਓ ਨੂੰ ਦੇਖੋ ਅਤੇ ਟ੍ਰੈਕਟਰ ਦੱਸੋ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ, ਕਿੱਦਾਂ ਦੀ ਮੋਡੀਫਿਕੇਸ਼ਨ ਲੱਗੀ, ਅਤੇ ਥੋੜ੍ਹਾ ਜਿਹਾ ਮੌਸਮ ਖਰਾਬ ਹੋਣ ਕਰਕੇ ਵੀਡੀਓ ਸਹੀ ਹੋ ਸਕਦਾ ਨਾ ਬਣੇ। ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਵੀਰ ਭਰਾ, ਅਤੇ ਬਾਕੀ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਮੀਂਹ ਪੈਣ ਲੱਗ ਗਿਆ, ਮੀਂਹ ਦੇ ਵਿੱਚ ਅਸੀਂ ਖੜੇ ਵੀਡੀਓ ਬਣਾ ਰਹੇ ਹਾਂ। ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ।